ਪੰਜਾਬ ਬਾਣੀ ਚੈਨਲ ਦੇਖ ਰਹੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਹੰਸਰਾਜ ਜੋਸਨ ਨੇ ਜਦੋਂ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਰਾਣਾ ਵਿਖੇ ਪਹੁੰਚੇ ਤਾਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂਆਂ ਅਤੇ ਪਿੰਡ ਵਾਸੀਆਂ ਨੇ ਅਕਾਲੀ ਦਲ ਦੇ ਆਗੂ ਹੰਸਰਾਜ ਜੋਸਨ ਨੂੰ ਘੇਰ ਲਿਆ। ਇਸ ਤੋਂ ਬਾਅਦ ਪਿੰਡ ਵਾਸੀਆਂ ਅਤੇ ਕਿਸਾਨਾਂ ਨੇ ਜਦੋਂ ਹੰਸਰਾਜ ਜੋਸਨ ਨੂੰ ਕਈ ਸਵਾਲ ਪੁੱਛੇ ਤਾਂ ਉਹ ਕਿਸਾਨਾਂ ਦੇ ਸਵਾਲਾਂ ਦਾ ਜਵਾਬ ਦੇਣ ਤੋਂ ਭੱਜ ਰਹੇ ਸਨ। ਆਓ ਤੁਹਾਨੂੰ ਦਿਖਾਉਂਦੇ ਹਾਂ ਕਿਸਾਨ ਆਗੂਆਂ ਵੱਲੋਂ ਕੀਤੇ ਗਏ ਘਿਰਾਓ ਦੀਆਂ ਤਸਵੀਰਾਂ। ਫਾਜ਼ਿਲਕਾ ਤੋਂ ਦਵਿੰਦਰ ਸਿੰਘ ਦੀ ਰਿਪੋਰਟ। ਬਣੇ ਰਹੋ ਇਸ ਵੀਡੀਓ ਦੇ ਆਖਿਰ ਤੱਕ ਪੰਜਾਬ ਬਾਣੀ ਦੇ ਨਾਲ। ਜੇਕਰ ਤੁਸੀਂ ਹੁਣ ਤੱਕ ਪੰਜਾਬ ਬਾਣੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਕਰ ਲਵੋ ਤਾਂ ਜੋ ਰੋਜ਼ਾਨਾ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ। ਫੈਸਲਾ ਕਰੇਗੀ ਉਸ ਤੋਂ ਪਹਿਲਾਂ ਕਿਸੇ ਨੂੰ ਵੀ ਜੋ ਆਪਾਂ ਉਹਨੂੰ ਜ਼ਿੰਮੇਵਾਰ ਨਹੀਂ ਚਲਾ ਸਕਦੇ ਤੇ ਨਾ ਉਹਨੂੰ ਕ੍ਰਿਮੀਨਲ ਜਿਹੜਾ ਗਿਣਿਆ ਜਾ ਸਕਦਾ। ਚਲੋ ਤੁਸੀਂ ਦੱਸੋ ਜੀ, ਤੁਸੀਂ ਦੋ ਵਾਰੀ ਕੈਬਨਿਟ ਮੰਤਰੀ ਰਹੇ ਹੋ। ਮੈਂ ਕਾਕਾ ਥੋੜੀ ਦੇਰ ਵਾਸਤੇ ਰਿਹਾ, ਪੂਰਾ ਨਹੀਂ ਰਿਹਾ। ਚਲੋ ਤੁਸੀਂ ਜਨਰਲ ਮੰਤਰੀ ਕਿੰਨੀ ਦੇਰ ਰਹੇ ਹੋ ਜੀ? ਹਾਂਜੀ, ਹੋਰ ਰਾਸ਼ਟਰ ਮਿਨਿਸਟਰ ਕਿੰਨੀ ਦੇਰ ਰਹੇ ਹੋ? ਮੈਂ ਤਕਰੀਬਨ ਜਦੋਂ ਦੂਜੀ ਵਾਰ ਕੈਪਟਨ ਸਾਹਿਬ ਬਣੇ ਨੇ ਚੀਫ ਮਿਨਿਸਟਰ ਉਹਨਾਂ ਦੇ ਨਾਲ। ਨਹੀਂ, ਤੁਸੀਂ ਫੋਰੈਸਟ ਮਿਨਿਸਟਰ ਕਿੰਨੀ ਦੇਰ ਰਹੇ ਹੋ? ਸਾਢੇ ਤਿੰਨ ਸਾਲ ਲਾਇਆ ਜੀ। ਕੋਈ ਕੀ ਕੰਮ ਕਰ ਕੀ ਕੀਤਾ, ਕਿਸੇ ਕੋਈ ਕਿਸੇ ਦਾ ਕੋਈ ਬੱਚਾ ਜੋਬ ਲਵਾਇਆ ਹੋਵੇ ਜਾਂ ਕਿਵੇਂ? ਇਸ ਏਰੀਏ ਦੀ ਗੱਲ ਕਰਦਾ। ਤੁਸੀਂ ਤਾਂ ਉਦੋਂ ਬਹੁਤ ਛੋਟੇ ਸੀ। ਮੈਂ ਛੋਟਾ ਸੀ। ਸੁਣੋ ਤੁਸੀਂ, ਹਾਂਜੀ ਸੁਣੋ, ਉਸ ਵੇਲੇ ਜਿਹੜਾ ਕੋਈ ਗਵਰਨਮੈਂਟ ਨੇ ਨੌਕਰੀਆਂ ਕੱਢੀਆਂ ਨੇ, ਹਾਂਜੀ, ਉਹ ਬੱਚਿਆਂ ਦਾ ਮੈਂ ਵੀ ਜੇ ਭਲਾ ਕਰ ਸਕਦਾ ਸੀ ਤਾਂ ਕੀਤਾ। ਇਹ ਕੋਈ ਮੈਂ ਆਸਾਨ ਨਹੀਂ ਕੀਤਾ। ਨਹੀਂ, ਇਹ ਮੈਂ ਇਹਦੇ ਜੀ ਸੁਣੇ ਸ਼ਖਸ ਖੜਾ ਪੰਜਾਬ 2005 ਚ ਭਰਤੀ ਹੋਈ ਸੀ, ਉਦੋਂ ਤੁਸੀਂ ਜੰਗਲਾਤ ਮੰਤਰੀ ਸੀਗੇ, ਠੀਕ ਹੈ ਜੀ। ਮੈਂ ਮੌਕੇ ਤੇ ਤੁਹਾਨੂੰ ਮਿਲਿਆ ਵੀ ਹਾਂ, ਮੇਰੇ ਫਾਦਰ ਸ਼ੇਰ ਕਸ਼ਮੀਰ ਲਾਲ ਜੀ ਨੇ, ਠੀਕ ਹੈ ਜੀ, ਰਾਣੇ ਪਿੰਡ ਤੋਂ ਅਸੀਂ ਤੁਹਾਨੂੰ ਮਿਲੇ ਆ। ਮੈਂ ਤੁਹਾਨੂੰ ਇਹ ਗੱਲ ਕਹੀ ਸੀ ਵੀ ਮੈਂ ਤੁਸੀਂ ਸਾਡਾ ਕੰਮ ਕਰਵਾ ਦੋ, ਤੁਸੀਂ ਕਿਹਾ ਜੀ ਹੋ ਜਾਏਗਾ, ਹੋ ਗਿਆ। ਬੇਟਾ ਮੈਂ ਤਾਂ ਟੈਲੀਫੋਨ ਕਰ ਸਕਦਾ ਉੱਥੇ, ਔਰ ਆਪਣੇ ਕੀ ਇਧਰ ਅੱਜ ਕਿਸਾਨੀ ਕਿਉਂ ਲੜ ਰਹੀ ਹੈ? ਜਾਂ ਕੱਲ ਨੂੰ ਸਰਕਾਰ ਬਣ ਜਾਏਗੀ, ਕਾਨੂੰਨ ਤੋਂ ਕੋਈ ਵੱਡਾ ਨੀ, ਨਾ ਕੋਈ ਹਾਈਕੋਰਟ ਤੋਂ ਵੱਡਾ, ਨਾ ਕੋਈ ਸੁਪਰੀਮ ਕੋਰਟ ਤੋਂ ਵੱਡਾ, ਚਾਹੇ ਉਹ ਚੀਫ ਮਿਨਿਸਟਰ ਬਣ ਜਾਂਦਾ। ਯਾਰ ਮੇਰਾ ਜਵਾਬ ਇਹਨਾਂ ਨੂੰ ਦੇ ਲੈਣ ਦੋ, ਉਹ ਵੀ ਕਿਸਾਨ ਨੇ, ਉਹ ਵੀ ਮੈਨੇ ਗੱਲ ਕੀਤੀ ਹੈ। ਮੇਰੇ ਕਹਿਣ ਦਾ ਭਾਵ ਇਹ ਉਹ ਵੀ ਜਗਾਲੇ ਨੇ, ਜੇ ਉਹਨਾਂ ਨੇ ਇਨਡਿਸਿਪਲਿਨ ਕੀਤਾ, ਉਹਨਾਂ ਨੇ ਜੋ ਉਸ ਵੇਲੇ ਸਾਰਾ ਸਿਸਟਮ ਲਾਇਆ ਸੀ, ਉਹਦੇ ਵਾਸਤੇ ਉਹਨਾਂ ਨੂੰ 10 ਸਾਲ ਦੀ ਕੈਦ। ਇਸ ਕਰਕੇ ਇੱਕ ਸਿਸਟਮ ਬਣ ਗਿਆ, ਲੋਕ ਇੰਨੇ ਕੁ ਅਵੇਅਰ ਨੇ, ਹਾਈਕੋਰਟ ਦੇ ਵਿਚਾਰ ਕਰਦਾ ਚਲਾ ਜਾਂਦਾ, ਕੋਈ ਗਲਤ ਕੰਮ ਨਹੀਂ ਕਰ ਸਕਦਾ। ਜੇ ਕੋਈ ਗਲਤ ਕੰਮ ਕਰੇਗਾ ਤੇ ਉਹਨਾਂ ਬੰਦਿਆਂ ਨੂੰ ਸਜ਼ਾ ਵੀ ਮਿਲਦੀ, ਕਦੇ ਨਾ ਸਜ਼ਾ। ਗਲਤ ਕੰਮ ਕਰ ਤੁਸੀਂ ਵੋਟ ਲੈਣ ਦੇ ਸਾਡੇ ਨਾਲ ਵਾਅਦੇ ਹੁੰਦੇ ਨਾ, ਇੱਕ ਵਾਰ ਤੁਸੀਂ ਗੱਲ ਅਸੀਂ ਤੁਹਾਡੇ ਨਾਲ ਸਹਿਮਤ ਸਾਰੀ ਗੱਲ, ਵੋਟ ਲੈਣ ਦੇ ਸਾਡੇ ਨਾਲ ਵਾਅਦੇ ਹੁੰਦੇ ਨਾ ਸਾਰੇ, ਜੇ ਤੁਹਾਨੂੰ ਜੋਬ ਦਵਾਉਣਾ ਸਾਰਾ ਕੁਝ ਹੈਲਪ ਕਰਦੇ। ਗੱਲ ਕਰ ਰਹੇ ਹੋ ਜੀ, ਇੱਕ ਮਿੰਟ ਯਾਰ, ਗੱਲ ਇਹ ਵੀ ਸਭ ਤੋਂ ਪਹਿਲਾਂ ਇਹ ਹੈਗਾ, ਇੱਕ ਮਿੰਟ ਬੇਟਾ, ਲੋਕਾਂ ਨੇ ਫੈਸਲਾ, ਲੋਕਾਂ ਨੇ ਮੈਨੂੰ ਮੌਕਾ ਦਿੱਤਾ ਤੇ ਮੈਂ ਜੋ ਇੱਥੇ ਅਧੂਰੇ ਕੰਮ ਪਏ ਨੇ, ਕੋਈ ਡਿਵੈਲਪਮੈਂਟ ਵਾਲੇ ਕੰਮ ਰਹਿੰਦੇ ਨੇ। ਅੱਗੇ ਤੁਸੀਂ ਇਹ ਆਪਦੀ ਪਾਰਟੀ ਕਿਵੇਂ ਵੀ ਇਹਦੇ ਬਰਕਰਾਰ ਰਹੋਗੇ ਜਾਂ ਕਿੱਦਾਂ? ਮੇਰਾ ਨਿੱਜੀ ਫੈਸਲੇ ਨੇ ਕਾਕਾ ਜੀ, ਪਤਾ ਕੀ ਹੈ, ਤੁਸੀਂ ਕਿਸਾਨ ਯੂਨੀਅਨ ਚਲੇ ਗਏ ਜੀ, ਅਸੀਂ ਕਿਸਾਨ ਯੂਨੀਅਨ ਦੇ ਸਪੋਰਟਰ ਆ। ਸੁਣੋ, ਅਸੀਂ ਚਾਹੇ ਉੱਥੇ ਫਾਜ਼ਿਲਕਾ ਜਲਾਲਾਬਾਦ ਵਾਲੇ ਜਿੰਨੇ ਹੈਗੇ, ਜੋ ਸਾਡੇ ਕੋਲ ਗਿਆ, ਜੋ ਅਸੀਂ ਕਰ ਸਕਦੇ, ਅਸੀਂ ਆਸਾਨ ਨਹੀਂ ਕੀਤਾ। ਅਸੀਂ ਵੀ ਤੁਹਾਡੇ ਤਰ੍ਹਾਂ ਖੇਤੀ ਕਰਦੇ, ਅਸੀਂ ਵੀ ਇਹ ਬੀਜਾ ਬਿਜਾਈ ਕਰ ਰਹੇ ਜੋ ਤੁਸੀਂ ਬੀਜਾ ਬਿਜਾਈ ਕਰਦੇ, ਸਮਝੇ ਨਾ। ਤੇ ਇਹ ਕਿਉਂਕਿ ਇਹ ਪਰਸਨਲ ਲਾਈਫ ਹੈ, ਹੁਣ ਕੋ ਕਵੇ ਵੀ ਤੁਸੀਂ ਵਿਆਹ ਕਰਾਓਗੇ ਕਿ ਨਹੀਂ ਕਰਾਓਗੇ, ਇਹ ਮੇਰਾ ਜਿਹੜੇ ਵਿਆਹ ਕਰਾਉਣ ਵਾਲੀ ਗੱਲ ਹੈ, ਦੂਜਾ ਵਿਆਹ ਕਰਾਉਣਾ ਤੁਸੀਂ ਪਾਰਟੀ ਮਾਂ ਸਮਝਦੇ ਸੀ ਕਾਂਗਰਸ? ਮਾਂ ਨੀ, ਮੇਰੀ ਮਾਂ ਜਿਹੜੀ ਹੈ ਨਾ, ਕੋਈ ਮਾਂ ਨੀ ਮੇਰੀ ਮਾਂ, ਉਹ ਜਿਹਨੇ ਮੈਨੂੰ ਜਨਮ ਦਿੱਤਾ। ਸੁਣੋ ਇੱਕ ਮਿੰਟ, ਮੈਂ ਕਦੇ ਦੂਜੀ ਨੂੰ ਮਾਂ ਨਹੀਂ ਕਿਹਾ, ਪਾਰਟੀ ਮਾਂ ਨਾ ਨਾ ਨਾ, ਮੇਰਾ ਕੋਈ ਲੋਗੋ ਨਹੀਂ, ਮੈਂ ਸਿਰਫ ਜਿਹੜੀ ਮਾਂ ਨੇ ਮੈਨੂੰ ਜਨਮ ਦਿੱਤਾ ਹੈ। ਨਾ ਨਾ, ਸੁਣੋ ਇੱਕ ਮਿੰਟ, ਅਕਾਲੀ ਦਲ ਨਾ, ਅਕਾਲੀ ਦਲ ਦਾ ਮੈਂ ਮੈਂਬਰ ਹਾਂ, ਤੁਸੀਂ ਕਿਤੇ ਬੈਠੇ ਜੇ ਮੈਨੂੰ ਪਤਾ ਕਰੀਏ, ਆਪਾਂ
ਰਿਗਾਰਡਿੰਗ ਅਸੀਂ ਗੱਲ ਕਰ ਰਹੇ ਹਾਂ ਪਾਰਟੀ ਚ ਇੰਨੀ ਦੇਰ ਰਹਿ ਕੇ ਛਾਲ ਮਾਰਨੀ ਇਹ ਕੋਈ ਉਹ ਕੰਮ ਨਹੀਂ ਹੁੰਦਾ ਹੁੰਦਾ ਕਾਬੇ ਜ਼ਿੰਦਗੀ ਦਾ ਫੈਸਲਾ ਅਕਾਲੀ ਦਲ ਚ ਸ਼ਾਮਲ ਹੋਏ ਨੇ ਤੁਸੀਂ ਵੇਖੋ ਜੀ ਇੱਕ ਮਿੰਟ ਗੱਲ ਤਾਂ ਸੁਣ ਯਾਰ ਮੰਨ ਲਓ ਰਾਣੇ ਦੇ ਕੰਬੋਜ ਤੁਹਾਡੇ ਨਾਲ ਹੈਗੇ ਸੀ ਲਾਸਟ ਸਾਲ ਚਲੇ ਜੀ ਕੁਛ ਨਹੀਂ ਕਿਸੇ ਨਹੀਂ ਬੋਲਣਾ ਰਾਣੇ ਦੇ ਕੰਬੋਜ ਬਰਾਦਰੀ ਜਾਂ ਰਾਏ ਸਿੱਖ ਬਰਾਦਰੀ ਜਾਂ ਜੱਟ ਸਿੱਖ ਬਰਾਦਰੀ ਜਾਂ ਮਾਝ ਬਰਾਦਰੀ ਤੁਹਾਡੇ ਨਾਲ ਸੀ ਤੁਸੀਂ ਇੱਕ ਵਾਰੀ ਵੀ ਸ਼ਾਮਲ ਹੋਣ ਲੱਗਿਆ ਉਹਨਾਂ ਨੂੰ ਪੁੱਛਿਆ ਸਪੋਰਟਰ ਸੀ ਜਿਹੜੇ ਤੁਹਾਡੇ ਸਪੋਰਟਰ ਸੀ ਜਮਾਤ ਤੇ ਖੜੇ ਜੇ ਸਹੀ ਗੱਲ ਸੁਣੋ ਇੱਕ ਮਿੰਟ ਮੈਂ ਜੋ ਠੀਕ ਸਮਝਦਾ ਸੀ ਜਿੰਦਾਬਾਦ।